ਪੁਲਿਸ ਦੇਖੋ ਸਾਰਿਆਂ ਦੇ ਬੈਰੀਗੇਟਾਂ ਦੇ ਸਰਕਾਰੀ ਇਹ ਆ, ਇਹਦੇ ਵਿੱਚ ਅੰਗਰੇਜ਼ੀ ਲਿਖੀ ਹੋਈ ਆ ਜੀ। ਲੈਟਰ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਜਾਰੀ ਕੀਤਾ ਸਰਕਾਰ ਦਾ, ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ। ਚੰਡੀਗੜ੍ਹ ਸਾਡੀ ਰਾਜਧਾਨੀ ਆ, ਇੱਥੇ ਪੰਜਾਬੀ ਭਾਸ਼ਾ ਪਹਿਲੇ ਨੰਬਰ 'ਤੇ ਹੈ ਨਹੀਂ, ਲਾਜ਼ਮੀ ਨਹੀਂ ਹੈਗੀ ਜੀ। ਖਤਰਾ ਤਾਂ ਨਹੀਂ ਹੈ, ਇਹ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਤਾਂ ਪੰਜਾਬੀ ਬੋਲੀ ਨੂੰ ਕੋਈ ਵੀ ਬੰਦਾ ਖਤਮ ਨਹੀਂ ਕਰ ਸਕਦਾ। ਸੋ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ 16ਵਾਂ ਜਥਾ ਭੇਜਿਆ ਗਿਆ ਹੈ। ਅੱਜ ਅੰਤਰਰਾਸ਼ਟਰੀ ਕੌਮੀ ਜਿਹੜਾ ਮਾਂ ਦਿਵਸ ਵੀ ਹੈਗਾ, ਅਤੇ ਅੱਜ ਬਾਈ ਜੀ ਹੋਣੀ ਤੁਸੀਂ ਦੇਖ ਸਕਦੇ ਹੋ ਕਿ ਹੱਥ ਦੇ ਵਿੱਚ ਕੇਸਰੀ ਨਿਸ਼ਾਨ ਫੜਿਆ ਹੋਇਆ, ਅਤੇ ਉੜਾ ਉੜਾ ਉਹਨਾਂ ਦੇ ਪਿੱਛੇ ਜਿਹੜਾ ਲਿਖਿਆ ਹੋਇਆ 35 ਅੱਖਰੀ, ਅਤੇ ਅੱਗੇ ਵੀ ਉਹਨਾਂ ਨੇ ਇੱਕ ਮਾਂ ਬੋਲੀ ਲਈ ਲਿਖਿਆ ਹੋਇਆ ਕਿ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੜ ਜਾਓਗੇ। ਗੱਲਬਾਤ ਕਰਦੇ ਉਹਨਾਂ ਦੇ ਨਾਲ ਬਾਈ ਜੀ, ਅੱਜ ਮਾਂ ਭਾਸ਼ਾ ਦਿਵਸ ਜਿਹੜਾ ਹੈਗਾ ਉਹ ਵੀ ਹੈਗਾ, ਅਤੇ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ 16ਵਾਂ ਜਥਾ ਜਿਹੜਾ ਉਹ ਵੀ ਆਇਆ, ਕੀ ਦੇਖ ਕਿਵੇਂ ਦੇਖਦੇ ਹੋ? ਬਿਲਕੁਲ ਜੀ ਬਿਲਕੁਲ, ਅੱਜ ਮੈਂ ਸਮੁੱਚੇ ਪੰਜਾਬੀਆਂ ਨੂੰ ਮਾਂ ਬੋਲੀ ਭਾਸ਼ਾ ਦਿਵਸ 'ਤੇ ਲੱਖ ਲੱਖ ਵਧਾਈ ਦਿੰਦਾ, ਅਤੇ ਬਾਕੀ ਸਾਡਾ ਇਹ ਕੌਮੀ ਫਰਜ਼ ਜਿਹੜਾ ਅੱਜ ਜਥੇ ਦੇ ਵਿੱਚ ਡਿਊਟੀ ਲੱਗੀ ਸੀ ਅਤੇ ਉਹਦੇ ਵਿੱਚ ਆਏ ਹਾਂ, ਅਤੇ ਇੱਥੇ ਇਹ ਦੱਸਣਾ ਵੀ ਸਾਡੀ ਪੰਜਾਬੀ ਭਾਸ਼ਾ ਹੈ ਜਿਹੜੀ, ਉਹਦੇ ਨਾਲ ਹਰ ਪਾਸਿਓਂ ਜਿਹੜਾ ਇਹ ਸਰਕਾਰਾਂ ਧੱਕਾ ਕਰਦੀਆਂ ਨੇ ਇਹਦੇ ਨਾਲ ਨਾਲ। ਹੁਣ ਤੁਸੀਂ ਤੁਹਾਡਾ ਮੈਂ ਅੱਜ ਧਿਆਨ ਦਿਵਾਉਣਾ ਵੀ ਅੱਜ 21 ਫਰਵਰੀ ਆ, ਭਗਵੰਤ ਮਾਨ ਦਾ ਉਹ ਲੈਟਰ, ਚਲੋ ਉਹਨਾਂ ਦਾ ਅਸੀਂ ਸ਼ਲਾਘਾ ਕਰਦੇ ਹਾਂ ਵੀ ਪੰਜਾਬੀ ਲਾਗੂ ਕਰਨ ਬਾਰੇ ਉਹਨਾਂ ਨੇ ਹਦਾਇਤ ਕੀਤੀ ਆ, ਪਰ ਪੰਜਾਬੀ ਲਾਗੂ ਕਿਵੇਂ ਹੋਊਗੀ? ਉਹ ਦੁਕਾਨਾਂ ਨੂੰ, ਪ੍ਰਾਈਵੇਟ ਅਦਾਰਿਆਂ ਨੂੰ ਤਾਂ ਕਰਦੇ ਨੇ ਵੀ ਉਹ ਪੰਜਾਬੀ ਭਾਸ਼ਾ ਲਾਗੂ ਕਰੋ, ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਪੁਲਿਸ ਦੇਖੋ ਸਾਰਿਆਂ ਦੇ ਬੈਰੀਗੇਟਾਂ ਦੇ ਸਰਕਾਰੀ ਇਹ ਆ, ਇਹਦੇ ਵਿੱਚ ਅੰਗਰੇਜ਼ੀ ਲਿਖੀ ਹੋਈ ਆ ਜੀ। ਅਤੇ ਦੂਜੀ ਗੱਲ ਵੀ ਜਿਹੜਾ ਉਹਨਾਂ ਨੇ ਲੈਟਰ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਜਾਰੀ ਕੀਤਾ ਸਰਕਾਰ ਦਾ, ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ। ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਹੁਣ ਕਾਗਜ਼ੀ ਗੱਲਾਂ ਨਹੀਂ ਚੱਲਣੀਆਂ, ਇਸ ਨੂੰ ਗਰਾਊਂਡ 'ਤੇ ਲਾਗੂ ਕਰਨਾ ਪੈਣਾ। ਇਸ ਅੰਤਰਰਾਸ਼ਟਰੀ ਮਾਂ ਦਿਵਸ ਹੈ, ਅਤੇ ਤੁਸੀਂ ਮੋਹਾਲੀ 'ਚ ਬੈਠੇ ਹੋ, ਤਾਂ ਆਹ ਬੋਰਡ ਪਾਰ ਕਰਕੇ ਜਾਂ ਪੁਲਿਸ ਦੀ ਜਿਹੜੀ ਬੈਰੀਗੇਟਿੰਗ ਆ ਉਹ ਪਾਰ ਕਰਕੇ ਅੱਗੇ ਤੁਹਾਡੀ ਰਾਜਧਾਨੀ ਹੈ, ਤੁਹਾਡੀ ਰਾਜਧਾਨੀ 'ਚ ਨਹੀਂ ਤੁਹਾਨੂੰ ਜਾਣ ਦਿੱਤਾ ਜਾ ਰਿਹਾ? ਬਿਲਕੁਲ ਜੀ ਬਿਲਕੁਲ, ਇਹੀ ਸਭ ਤੋਂ ਵੱਡਾ ਉਹ ਆ ਜੀ। ਅਤੇ ਪਰ ਇਹਦਾ ਜਿਹੜਾ ਇਹ ਸਰਕਾਰਾਂ ਤਾਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਮੈਂ ਇੱਥੇ ਕੌਮੀ ਇਨਸਾਫ ਮੋਰਚੇ ਲਈ ਇਹ ਬਲ ਬਣ ਰਿਹਾ, ਕਿਉਂਕਿ ਇਹ 16 ਦਿਨ ਹੋ ਗਏ ਅੱਜ ਉਰੋਂ ਹੀ ਮੋੜ ਰਹੇ ਨੇ, ਇਹ ਸਾਡੇ ਘਰ ਘਰ ਪਿੰਡ ਪਿੰਡ ਤੱਕ ਬੱਚੇ ਤੱਕ ਜਿਹੜਾ ਵੀ ਪੰਜਾਬੀ ਵੱਸ ਰਿਹਾ ਉਹਦੇ ਦਿਲਾਂ ਵਿੱਚ ਜਾ ਰਿਹਾ ਵੀ ਸਰਕਾਰ ਕਿਵੇਂ ਧੱਕਾ ਕਰ ਰਹੀ ਹੈ। ਇਸ ਕਰਕੇ ਮੋਰਚੇ ਨੂੰ ਵੱਡੇ ਪੱਧਰ 'ਤੇ ਬਲ ਮਿਲ ਰਿਹਾ, ਇਹ ਸਰਕਾਰਾਂ ਨੂੰ ਚੇਤਾਵਨੀ ਆ ਵੀ ਇਹ ਸਾਡੇ ਨਾਲ ਧੱਕਾ ਨਾ ਕਰੋ, ਤੁਸੀਂ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਾਂ ਨਜਾਇਜ਼ ਦੱਸ ਦਿਓ, ਜਾਇਜ਼ ਮੰਗਾਂ ਨੂੰ ਮੰਨੋ ਅਤੇ ਸਾਡੇ ਸਾਰੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰੋ। ਜਿਹੜੀ ਬੋਰਡਾਂ 'ਤੇ ਪੰਜਾਬੀ ਲਿਖਣ ਦੀ ਗੱਲ ਕਰੀ ਗਈ ਹੈ ਕਿ ਬੋਰਡਾਂ ਦੇ ਉੱਤੇ ਲਿਖੀ ਜਾਵੇ ਪੰਜਾਬੀ, ਉਹਦੇ ਨਾਲ ਪੰਜਾਬੀ ਮਾਂ ਬੋਲੀ ਜਿਹੜੀ ਆ ਉਹਨੂੰ ਕੀ ਫਾਇਦਾ ਹੋਊ ਜਾਂ ਨੁਕਸਾਨ ਹੋਊ ਤੁਹਾਡੇ ਹਿਸਾਬ ਨਾਲ? ਦੇਖੋ ਬਿਲਕੁਲ ਫਾਇਦਾ ਹੋਊਗਾ ਜੀ, ਪੰਜਾਬੀ ਮਾਂ ਬੋਲੀ ਨੂੰ ਫਾਇਦਾ ਹੋਊਗਾ, ਪਰ ਉਹ ਅਸਲ ਦੇ ਵਿੱਚ ਹੋਵੇ ਨਾ, ਸਰਕਾਰੀ ਆਪਣੇ ਪੱਧਰ 'ਤੇ ਕਰਨ, ਕੋਨਵੈਂਟ ਸਕੂਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਦੇਸ਼ ਕਰਨ, ਸਾਡੇ ਸਾਰੇ ਬੱਚਿਆਂ ਨੂੰ। ਹੁਣ ਚੰਡੀਗੜ੍ਹ ਸਾਡੀ ਰਾਜਧਾਨੀ ਆ, ਇੱਥੇ ਪੰਜਾਬੀ ਭਾਸ਼ਾ ਪਹਿਲੇ ਨੰਬਰ 'ਤੇ ਹੈ ਨਹੀਂ, ਲਾਜ਼ਮੀ ਨਹੀਂ ਹੈਗੀ ਜੀ। ਇੱਕ ਬੱਚੀ ਮੋਰਚੇ ਦੇ ਵਿੱਚ ਆਈ ਜੀ, ਉਹ 4th ਕਲਾਸ ਦੀ ਬੱਚੀ, ਉਹ ਕਹਿੰਦੇ ਵੀ ਸਾਨੂੰ ਤਾਂ ਚੰਡੀਗੜ੍ਹ ਦੇ ਵਿੱਚ 4th ਕਲਾਸ ਦੇ ਵਿੱਚ ਪੰਜਾਬੀ ਭਾਸ਼ਾ ਸ਼ੁਰੂ ਕੀਤੀ ਗਈ ਆ, ਇਸ ਕਰਕੇ ਸਾਡੇ ਨਾਲ ਜਾਣ ਬੁੱਝ ਕੇ ਸਾਜ਼ਿਸ਼ਾਂ ਦੇ ਅਧੀਨ ਸਾਡੀ ਮਾਂ ਬੋਲੀ ਨੂੰ ਜਿਹੜਾ ਖਤਮ ਕੀਤਾ ਜਾ ਰਿਹਾ। ਅਤੇ ਕਿਵੇਂ ਦੇਖਦੇ ਹੋ ਤੁਸੀਂ? ਦੇਖਦੇ ਹੋ ਵੀ ਤੁਸੀਂ ਕਹਿ ਰਹੇ ਹੋ ਵੀ ਸਾਜ਼ਿਸ਼ਾਂ ਦੇ ਅਧੀਨ ਸਾਡੀ ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ, ਅਤੇ ਕੀ ਲੱਗਦਾ ਵੀ ਜਿਹੜੀ ਗੁਰੂਆਂ ਦੀ ਬਣਾਈ ਹੋਈ ਭਾਸ਼ਾ ਹੈ, ਗੁਰੂ ਅੰਗਦ ਦੇਵ ਜੀ ਹੋਰਾਂ ਨੇ
ਹੈ ਨਾ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਇਹ ਭਾਸ਼ਾ ਇਹਦੇ ਵਿੱਚ ਗੁਰਬਾਣੀ ਹੈ, ਇਹਨੂੰ ਕੋਈ ਖਤਰਾ ਤੁਹਾਨੂੰ ਲੱਗਦਾ ਵੀ ਇਹ ਫਿਰ ਵੀ ਖਤਮ ਹੋਜੂ? ਨਹੀਂ ਦੇਖੋ, ਖਤਰਾ ਤਾਂ ਨਹੀਂ ਹੈ, ਇਹ ਖਤਮ ਨਹੀਂ ਹੋ ਸਕਦੀ। ਜਦੋਂ ਤੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤਾਂ ਪੰਜਾਬੀ ਬੋਲੀ ਨੂੰ ਕੋਈ ਵੀ ਬੰਦਾ ਖਤਮ ਨਹੀਂ ਕਰ ਸਕਦਾ। ਪਰ ਇਹਨਾਂ ਦੀ ਸਾਜ਼ਿਸ਼ਾਂ ਦੀ ਗੱਲ ਕਰਦੇ ਹਾਂ ਨਾ, ਵੀ ਕਿੱਥੋਂ ਸ਼ੁਰੂ, ਇੱਕ ਅਮਰੀਕਾ ਦਾ ਭਾਸ਼ਾ ਵਿਗਿਆਨੀ ਹੋਇਆ, ਉਹਨੇ ਸਪੈਸ਼ਲ ਆਪਣੇ ਉਹਦੇ ਵਿੱਚ ਲਿਖਿਆ ਵੀ ਜੇ ਕਿਸੇ ਕੌਮ ਨੂੰ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਖਤਮ ਕਰਨਾ ਤਾਂ ਬੰਬਾਂ ਟੈਂਕਾਂ ਦੀ ਲੋੜ ਨਹੀਂ ਹੈ, ਉਸ ਦੀ ਭਾਸ਼ਾ ਨੂੰ ਖਤਮ ਕਰ ਦਿਓ, ਉਹ ਕੌਮ ਆਪਣੇ ਆਪ ਖਤਮ ਹੋ ਜਾਏਗੀ। ਇਸ ਕਰਕੇ ਮੈਂ ਆਪਣੇ ਪੰਜਾਬੀ ਵੀਰਾਂ ਨੂੰ, ਭੈਣਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਪੜ੍ਹ ਲਿਖ ਗਏ ਤਾਂ ਆਪਣੇ ਬੱਚਿਆਂ ਨੂੰ ਕੌਨਵੈਂਟ ਸਕੂਲਾਂ ਦੇ ਚਲੋ ਪੜ੍ਹਾਉਣਾ ਚੰਗੀ ਗੱਲ ਆ, ਸਾਰੀਆਂ ਬੋਲੀਆਂ ਸਿਖਾਓ, ਪਰ ਪੰਜਾਬੀ ਬੋਲੀ ਬਿਲਕੁਲ ਜ਼ਰੂਰ ਹੋਣੀ ਚਾਹੀਦੀ ਆ ਤਾਂ ਜੋ ਸਾਡੀ ਬਹੁਤ ਵਧੀਆ ਮਿੱਠੀ ਸਾਡੀ ਬੋਲੀ ਆ ਜੀ। ਦੇਖੋ ਅੰਗਰੇਜ਼ ਸਿੱਖ ਰਹੇ ਨੇ ਇਹਨੂੰ, ਲਹਿੰਦਾ ਪੰਜਾਬ ਦੇਖ ਲਓ ਵੀ ਵੱਡੇ ਪੱਧਰ 'ਤੇ ਜਿਹੜੀ ਆ ਸ਼ੁੱਧ ਪੰਜਾਬੀ ਬੋਲੀ ਬੋਲੀ ਜਾਂਦੀ ਹੈ। ਠੀਕ ਹੈ, ਸ਼ੁਕਰੀਆ ਜੀ, ਧੰਨਵਾਦ। ਸੋ ਵੀਰ ਜਿਹੜੇ ਨੇ ਕੌਮੀ ਇਨਸਾਫ ਮੋਰਚੇ ਦਾ ਜਿਹੜਾ ਜਥਾ ਹੈ ਉਹਦੇ ਵਿੱਚ ਆਏ ਸੀ ਅਤੇ ਪੰਜਾਬੀ ਭਾਸ਼ਾ ਅੱਜ ਕੌਮਾਂਤਰੀ ਭਾਸ਼ਾ ਦਿਵਸ ਹੈਗਾ, ਉਸ ਮੌਕੇ 'ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਜਿਹੜਾ ਭਾਸ਼ਾ ਨੂੰ ਜਿਹੜਾ ਭਾਸ਼ਾ ਦੇ ਬਾਰੇ ਗੱਲਬਾਤ ਉਹਨਾਂ ਨਾਲ ਕੀਤੀ ਹੈ, ਪੰਜਾਬੀ ਮਾਂ ਬੋਲੀ ਦੇ ਬਾਰੇ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਸਾਨੂੰ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਜਿਹੜੀ ਆ ਉਹ ਬੋਲਦੇ ਰਹਿਣਾ ਚਾਹੀਦਾ, ਤਾਂ ਹੀ ਜਿਹੜੀ ਹੈ ਪੰਜਾਬੀ ਮਾਂ ਬੋਲੀ ਦੀ ਜਿਹੜੀ ਪ੍ਰਫੁੱਲਤਾ ਜਿਹੜੀ ਹੈ ਉਹ ਹੁੰਦੀ ਹੈ ਅਤੇ ਹਰ ਇੱਕ ਸਕੂਲ ਦੇ ਵਿੱਚ ਜਿਹੜੇ ਮਰਜ਼ੀ ਸਕੂਲ ਦੇ ਵਿੱਚ ਬੱਚੇ ਪੜ੍ਹਾਓ ਪਰ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਉਹਨੂੰ ਬੱਚੇ ਨੂੰ ਜ਼ਰੂਰ ਸਿਖਾਉਣੀ ਚਾਹੀਦੀ ਹੈ। ਫਿਲਹਾਲ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ, ਮੈਨੂੰ ਦਿਓ ਇਜਾਜ਼ਤ, ਮੇਰੇ ਸਹਿਯੋਗੀ ਪ੍ਰਭਜੋਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਚੰਡੀਗੜ੍ਹ।